ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫੇਰ ਹਾਜ਼ਰ ਹਾਂ ਤੁਹਾਡੀ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜਾਏ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਤੇ ਮਾਸਟਰ ਗ੍ਰੈਡ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਜੰਦੀਆਂ ਨੇ ਉਹ ਤੁਸੀਂ ਪਲੇਲਿਸਟ ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿਣੀਆਂ ਹੋਣੀਆਂ ਤੇ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫ੍ਰੈਂਡਸ ਤੇ ਕੇਵਲ ਵਾਲਾ ਵੀਡੀਓ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨਵਾਂ ਜਿਹੜਾ ਪਾਰਟ ਆਫ ਸ਼ੁਰੂ ਕਰ ਰਹੇ ਹਾਂ। ਸੋ ਇਹ ਸਾਰੇ ਦੇ ਸਾਰੇ ਪਾਰਟ ਜਿਹੜੀ ਹੈ ਸੀਕੁਐਂਸ ਵਾਈ ਚੱਲਣਗੇ। ਮੀਨਜ਼ ਕਿ ਕੰਟੀਨਿਊ ਰਹਿਣਗੇ ਔਰ ਇਹ ਸਾਰੇ ਕੁਐਸਚਨ ਮਿਕਸ ਅਪ ਹੋਣਗੇ ਠੀਕ ਹੈ ਸੋ ਇਹ ਨਹੀਂ ਹੋਊਗਾ ਕਿ ਕੋਈ ਪਾਰਟਫੈਕ ਜਿਹੜਾ ਪਾਰਟਿਕੂਲਰਲੀ ਕੋਈ ਇਸ ਪਾਰਟ ਨੂੰ ਆਪਾਂ ਡਿਸਕਸ ਕਰਾਂਗੇ ਉਹ ਆਪਣੀ ਥਿਊਰੀ ਵਾਲਾ ਪਾਰਟ ਹੀ ਚੱਲ ਰਿਹਾ ਹੈ ਸੋ ਜਿਹੜੇ ਵਿਦਿਆਰਥੀ ਇੰਟਰਸਟਡ ਨੇਗੇ ਉਹ 1500 ਰੁਪਏ ਦੇ ਰੇਟ ਵਿੱਚ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਨੇ ਜਿੱਥੇ ਤੁਹਾਨੂੰ ਸਾਰੀਆਂ ਥਿਊਰੀਜ਼ ਜਿਹੜੀਆਂ ਉਹ ਮਿਲਦਿਆਂ ਰਹਿਣੀਆਂ ਠੀਕ ਹੈ ਨਾਲ ਹੀ ਉਹਨਾਂ ਦੀ ਜਿਹੜੀ ਪੀਡੀਐਫ ਅਤੇ ਨਾਲ ਹੀ ਮੋਕ ਟੈਸਟ ਆਨਲਾਈਨ ਜਿਹੜੇ ਹੋਣਗੇ ਉਹ ਵੀ ਤੁਹਾਨੂੰ ਗਰੁੱਪ ਦੇ ਵਿੱਚ ਮਿਲਦੇਣਗੇ ਸੋ ਜਿਹੜੇ ਸਟੂਡੈਂਟ ਇੰਟਰ ਸੋ ਅੱਜ ਦਾ ਸਦਾ ਜਿਹੜਾ ਮੇਨ ਟਾਪਿਕ ਹੈ ਪੰਜਾਬੀ ਸਾਹਿਦ ਦੀ ਇਤਿਹਾਸਕੀ ਇਹਦੇ ਨਾਲ ਰਿਲੇਟਡ ਸਾਰੇ ਐਮਸੀਕੀ ਹੋਣਗੇ ਸੋ ਜਿਆਦਾ ਤੋਂ ਜਿਆਦਾ ਜਿਹੜੀ ਕੁਐਸਚਨ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮਾਸਟਰ ਕੈਡਰ ਅਤੇ ਐਂਟੀਨੇਟ ਐਂਟੀਨੇਟ ਇਗਜ਼ਾਮ ਦੇ ਲਈ ਤੁਹਾਨੂੰ ਹੈਲਪਫ ਰਹਿਣਗੇ ਸੋ 30 ਐਮਸੀਕੀ ਡਿਸਕਸ ਕਰਾਂਗੇ ਪਾਰਟ ਨੰਬਰ 1 ਰਹੇਗਾ ਸੋ ਬੇਸਿਕ ਤੋਂ ਆਪਾਂ ਸ਼ੁਰੂ ਕਰਾਂਗੇ ਸੋ ਇਹ ਨਹੀਂ ਹੈ ਕਿ ਮੋٹے ਮੋٹے ਪੁਆਇੰਟਸ ਸੋ ਹਰ ਇੱਕ ਪੁਆਇੰਟ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਉਮਿਲਦਗਾ ਰਹਣਗੀਆਂ ਸੋ 1500 ਰੁਪਏ ਦੇ ਵਿੱਚ ਤੁਸੀਂ ਇਹ ਗਰੁੱਪ ਜੁਆਇਨ ਕਰ ਸਕਦੇ ਹੋ ਸੋ ਹਰ ਕਿਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਉਹ ਮਿਲਦੀ ਰਹੂਗੀ ਇਸ ਗਰੁੱਪ ਦੇ ਵਿੱਚ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰ ਦਿਆਂ ਸ਼ਸ਼ਨਾ ਜੀ ਦਾ ਬਿਨਾਂ ਟਾਈਮ ਵੇਸਟ ਕੀਤੇ ਸੋ ਫਰਸਟ ਕੁਐਸਚਨ ਹੈ ਜੀ ਸਾਹਿਤ ਇਤਿਹਾਸ ਦਾ ਮੁੱਖ ਸਰੋਕਾਰ ਹੁੰਦਾ ਹੈ ਸੋ ਮੁੱਖ ਸਰੂਪਾ ਜਿਹੜਾ ਹੈ ਸਾਹਿਤ ਇਤਿਹਾਸ ਦਾ ਕੀ ਹੁੰਦਾ ਹੈ ਜੀ ਸਾਹਿਤ ਦੀ ਇਤਿਹਾਸਿਕ ਮਾਨਤਾ ਦੱਸਣਾ ਦੂਸਰਾ ਆਪਸ਼ਨ ਹੈ ਜੀ ਸਾਹਿਤ ਦੀ ਇਤਿਹਾਸਿਕ ਵਿਆਖਿਆ ਕਰਨਾ ਔਰ ਤੀਸਰਾ ਆਪਸ਼ਨ ਹੈ ਜੀ ਸਾਹਿਤ ਦਾ ਤਤਕਾਲੀਨ ਸਪਰਸਥਿਤੀਆਂ ਦੇ ਵਿੱਚ ਮੁਲਾਂਕਣ ਕਰਨਾ ਅਤੇ ਆਪਸ਼ਨ 4 ਹੈ ਜੀ ਸਾਹਿਤ ਦੀ ਇਤਿਹਾਸਿਕ ਪਛਾਣ ਕਰਵਾਉਣਾ ਸੋ ਅਗਰ ਗੱਲ ਕਰੀ ਗਏ ਸਾਹਿਤ ਦੇ ਇਤਿਹਾਸ ਦਾ ਤਾਂ ਮੁੱਖ ਸਰੋਕਾਰ ਮੀਨਜ਼ ਉਦੇਸ਼ ਜਿਹੜਾ ਹਨ ਉਹ ਕੀ ਰਹਿ ਜਾਊਗਾ ਇਹਦੇ ਵਿੱਚ ਤਾਂ ਮੁੱਖ ਤੌਰ ਦੇ ਉੱਪਰ ਅਸੀਂ ਗੱਲ ਕਰਾਂਗੇ ਕਿ ਜਿਹੜਾ ਸਾਹਿਤ ਹੁੰਦਾ ਹੈ ਇਸ ਸਾਹਿਤ ਦਾ ਤਤ ਕੀ ਤਤਕਾਲੀਨ ਪ੍ਰਸਥਿਤੀਆਂ ਦੇ ਵਿੱਚ ਮਲੰਕਨ ਕਰਨਾ ਜਿਹੜਾ ਹੈ ਉਹ ਦੱਸਦਾ ਹੈਗਾ ਮੀਨ ਜਿਕੇ ਉਸ ਸਮੇਂ ਦੇ ਵਿੱਚ ਤਤਕਾਲੀਨ ਸਿੱਟੀਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਸਾਰੇ ਕਿਸੇ ਦਾ ਮਲੰਕਨ ਜਿਹੜਾ ਹੁੰਦਾ ਹੈ ਅਸੀਂ ਪ੍ਰਾਣੇ ਇਤਿਹਾਸ ਦੇ ਨਾਲ ਉਸ ਨੂੰ ਆਪਾਂਗੇ ਅਤੇ ਉਹ ਸਾਹਿਤ ਰੂਪ ਦੇ ਵਿੱਚ ਹੀ ਅਸੀਂ ਉਸ ਨੂੰ ਸਟੱਡੀ ਕਰਾਂਗੇ ਠੀਕ ਹੈ ਉਹ ਸਾਰਾ ਕੁਝ ਇਸ ਦੇ ਵਿੱਚ ਇਨਕਲੂਡ ਹੋਊਗਾ ਅਤੇ ਸਾਹਿਤ ਨੂੰ ਅਸੀਂ ਤਤਕਾਲੀਨ ਜਿਹੜੇ ਸਾਡੀਆਂ ਪ੍ਰਸਥਿਤੀਆਂ ਦੇ ਨਾਲ ਉਹਨਾਂ ਨਾਲ ਮੈਚ ਕਰਕੇ ਦੇਖਾਂਗੇ ਮੀਨ ਜਦੋਂ ਸਟੱਡੀ ਕਰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਅੱਜ ਵੀ ਇਹ ਵਿੱਚ ਰਿਹਾ ਹੈ ਇਹ ਸਾਰਾ ਸਾਨੂੰ ਸਾਹਿਤ ਇਤਿਹਾਸ ਤੋਂ ਜਾਣਕਾਰੀ ਮਿਲਦੀ ਹੈ ਸੌਰੀ ਨੈਕਸਟ ਹੈ ਸੈਕੰਡ ਕੁਐਸਚਨ ਸਾਹਿਤਿਕ ਤੈਤਿਕ ਦਾ ਸਬੰਧ ਹੈ ਜੀ ਸਾਹਿਤਿਕ ਤੈਤਿਕ ਇਹਦਾ ਕੀ ਸਬੰਧ ਹੈ ਸੋ ਇਹਦਾ ਸਬੰਧ ਹੈ ਜੀ ਸਾਹਿਦ ਦੀ ਸਾਹਿਤਕਾਰ ਸਾਇਕਤ ਦਾ ਨਾਲ ਅਤੇ ਸਾਹਿਤ ਸਮਾਜ ਦੇ ਨਾਲ ਆਪਸ਼ਨ 3 ਹੈ ਸਾਹਿਤ ਸਿਰਜਣਾ ਦੇ ਨਾਲ ਅਤੇ ਆਪਸ਼ਨ 4 ਹੈ ਜੀ ਸਾਹਿਤ ਇਤਿਹਾਸ ਦੇ ਨਾਲ ਤਾਂ ਅਸੀਂ ਗੱਲ ਕਰ ਗਏ ਕਿ ਕਿਹੜੇ ਦੇ ਨਾਲ ਸਬੰਧ ਹੈ ਜੀ ਸਾਹਿਤਿਕ ਤੈਤਿਕ ਸੋ ਤੈਤਿਕ ਦੇ ਵਿੱਚ ਪ੍ਰਮੁੱਖ ਤੌਰ ਦੇ ਪਰਣਾ ਕੀ ਆਊਗਾ ਉਹ ਸਾਰਾ ਕੋਸ਼ਿਸ਼ ਦੇ ਵਿੱਚ ਇਨਕਲੂਡ ਹੈ ਸੋਰੀ 3 ਸੋ ਰਾਈਟ ਹੈ ਸਟਾਂਡ ਜੀ ਡੀ অপਸ਼ਨ ਸੋ ਸਾਹਿਤਿਕ ਤੈਥਿਕ ਦਾ ਮਤਲਬ ਹੈ ਤithi ਨੂੰ ਲੈ ਕੇ ਸਾਲ ਨੂੰ ਲੈ ਕੇ ਪੁਰਾਣੇ ਸਮੇਂ ਨੂੰ ਲੈ ਕੇ ਸਾਰਾ ਕੁਝ ਇਸ ਦੇ ਵਿੱਚ ਹੋਊਗਾ ਇਸੇ ਕਾਰਨ ਹੀ ਸਾਹਿਤ ਇਤਿਹਾਸ ਦੇ ਨਾਲ ਸੰਬੰਧ ਹੋਊਗਾ ਜੀ ਸਾਹਿਤਿਕ ਤੈਥਿਕ ਦਾ ਤੈਥਿਕ ਦਾ ਮਤਲਬ ਸਮੇਂ ਦੇ ਨਾਲ ਸੰਬੰਧਿਤ ਹੈ ਤੇ ਸਮਾਂ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਹੀ ਹੋਊਗਾ ਯਾਨੀ ਕਿ ਪੁਰਾਣੇ ਸਮੇਂ ਦੇ ਵਿੱਚ ਹਨ ਸਾਹਿਤ ਦੀ ਕੀ ਜਿਹੜੀ ਵਿਸ਼ੇਸ਼ਤਾ ਰਹੀ ਉਹ ਸਾਰੀ ਕਾਸ ਨੂੰ ਇਸ ਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਸੋ ਵੈਰੀ ਵੈਰੀ ਇੰਪੋਰਟੈਂਟ ਨੇਗੇ ਇਹ ਸੋ ਇਹ ਸ਼ੁਰੂਆਤ ਹੈ ਬੇਸਿਕ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਹਰ ਇੱਕ ਚੀਜ਼ ਇਸ ਦੇ ਵਿੱਚ ਆਊਗੀ ਠੀਕ ਹੈ ਸੋ ਹਰ ਇੱਕ ਜਿਹੜਾ ਪਾਤਰ ਹਰ ਇੱਕ ਤਰ੍ਹਾਂ ਦੀ ਰਚਨਾ ਉਹ ਸਾਰੀਆਂ ਚੀਜ਼ਾਂ ਆਪਾਂ ਇਨਕਲੂਡ ਕਰਾਂਗੇ ਮੋਸਟਲੀ ਮੋਸਟਲੀ ਆਪਾਂ ਬਹੁਤ ਸਾਰੇ ਜਿਹੜੇ ਕੁਐਸਚਨ ਆ ਉਹ ਡਿਸਕਸ ਕਰ ਲਵਾਂਗੇ ਸਾਹਿਤ ਇਤਿਹਾਸ ਰਚਨ ਸਮੇ ਹੱਥ ਲਿਖਤਾਂ ਦੇ ਵਿੱਚੋਂ ਕਿਹੜੀ ਕਿਰਤ ਜ਼ਿਆਦਾ ਪ੍ਰਮਾਣਿਕ ਹੁੰਦੀ ਹੈ ਜਦੋਂ ਸਾਹਿਤ ਰਚਿਆ ਜਾਂਦਾ ਹੈ ਤਾਂ ਹੱਥ ਲਿਖਤਾਂ ਦੀ ਗੱਲ ਕੀਤੀ ਗਈ ਜਾਨੀ ਹੈਂਡ ਰਿਟਨ ਦੀ ਗੱਲ ਕੀਤੀ ਗਈ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਕਿਰਤ ਹੈ ਜਿਹੜੀ ਲਿਖੀ ਗਈ ਰਚਨਾ ਹੋਗੀ ਉਹ ਜ਼ਿਆਦਾ ਪ੍ਰਮਾਣਿਤ ਹੁੰਦੀ ਹੈ ਆਪਸ਼ਨ 1 ਹੈ ਵਿਆਖਿਆਮਈ ਹੋਵੇ ਆਪਸ਼ਨ 2 ਹੈ ਅਨੁਵਾਦਿਤ ਕਿਰਤ ਹੋਵੇ ਆਪਸ਼ਨ 3 ਹੈ ਨਿੱਜੀ ਲਿਖਤ ਹੋਵੇ ਅਤੇ ਆਪਸ਼ਨ 4 ਹੈ ਜੀ ਰਚਨਾ ਦਾ ਉਤਾਰਾ ਹੋਵੇ ਸੋ ਅਗਰ ਗੱਲ ਕਰੀ ਗਏ ਹੱਥ ਲਿਖਤ ਦੀ ਤਾਂ ਹੱਥ ਲਿਖਤ ਦੇ ਵਿੱਚ ਪ੍ਰਮੋਸ਼ਨਲੀ ਹਨਾ ਜਿਹੜਾ ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਹੱਥ ਲਿਖਤੀ ਹੋਊਗੀ ਵੇਖਿਆ ਮੈਂ ਨਹੀਂ ਹੋਊਗੀ ਉਹਦੇ ਵਿੱਚ ਠੀਕ ਹੈ ਅਨੁਵਾਦਿਤ ਜਿਹੜੀ ਹੈ ਇਹ ਵੀ ਕਿਸੇ ਦੇ ਦੁਆਰਾ ਲਿਖੀ ਹੋਊਗੀ ਬਟ ਬਾਅਦ ਦੇ ਵਿੱਚ ਅਨੁਵਾਦ ਕੀਤੀ ਹੋਊਗੀ ਅਗਰ ਰਚਨਾ ਦਾ ਉਤਾਰਾ ਮਤਲਬ ਨਕਲ ਕਰਕੇ ਲਿਖੀ ਇਹ ਵੀ ਉਹਦੇ ਵਿੱਚ ਨਹੀਂ ਹੋਊਗੀ ਬਟ ਨਿੱਜੀ ਲਿਖਤ ਜਿਹੜੀ ਇੱਕ ਬੰਦੇ ਨੇ ਖੁਦ ਨੇ ਰਾਈਟਰ ਨੇ ਲਿਖੀ ਹੈਗੀ ਆ ਉਸ ਨੂੰ ਇਸ ਦੇ ਵਿੱਚ ਇਨਕਲੂਡ ਕਰਦੇ ਹੈਗੇ ਆ ਅਤੇ ਹੱਥ ਲਿਖਤ ਦੇ ਵਿੱਚ ਇਹ ਸਭ ਤੋਂ ਬੈਸਟ ਜਿਹੜੀ ਮੰਨੀ ਜਾਂਦੀ ਹੈ ਇਹ ਕਿਰਤ ਸਭ ਤੋਂ ਬੈਸਟ ਹੁੰਦੀ ਹੈਗੀ ਆ ਠੀਕ ਹੈ ਜੀ ਜਿਹੜੀ ਨਿੱਜੀ ਲਿਖਤ ਹੁੰਦੀ ਹੈ ਜਿਹੜੀ ਕਿ ਇੱਕ ਵਿਅਕਤੀ ਦੇ ਦੁਆਰਾ ਖੁਦ ਲਿਖੀ ਗਈ ਹੋਵੇ ਨੈਕਸਟ ਕੁਐਸਚਨ ਹੈ ਜੀ ਸਾਹਿਤ ਦੀ ਇਤਿਹਾਸਕਾਰੀ ਦਾ ਮੁੱਖ ਆਧਾਰ ਹਨ ਸੋ ਆਪਸ਼ਨ 1 ਹੈ ਜੀ ਧਰਮ ਕਲਾ ਆਪਸ਼ਨ 2 ਹੈ ਸਾਹਿਤਿਕ ਰਚਨਾਵਾਂ ਆਪਸ਼ਨ 3 ਹੈ ਇਤਿਹਾਸ ਅਤੇ ਆਪਸ਼ਨ 4 ਹੈ ਸਮਾਜ ਸੋ ਗੱਲ ਕੀਤੀ ਗਈ ਹੈ ਜੀ ਸਾਹਿਤ ਦੀ ਇਤਿਹਾਸਕਾਰੀ ਦੀ ਸੋ ਸਾਹਿਤ ਦੇ ਇਤਿਹਾਸਕਾਰੀ ਦਾ ਮੁੱਖ ਆਧਾਰ ਜਾਂ بیس ਜਿਹੜਾ ਹੈ ਉਹ ਕੀ ਰਹਿੰਦਾ ਹੈਗਾ ਤਾਂ ਇਹਦੇ ਵਿੱਚ ਰਾਈਟ ਆਨਸਰ ਆਊਗਾ ਜੀ ਸਾਹਿਤਿਕ ਰਚਨਾਵਾਂ ਜਾਨੀ ਕਿ ਸਾਹਿਤ ਦੇ ਨਾਲ ਲੇਟਡ ਜਿਹੜੀਆਂ ਰਚਨਾਵਾਂ ਨੇ ਉਹਦੇ ਤੋਂ ਹੀ ਸਾਨੂੰ ਇਸਦੀ ਜਿਹੜੀ ਜਾਣਕਾਰੀ ਮਿਲਦੀ ਹੈਗੀ ਆ ਕਿ ਉਹਦਾ ਮੁੱਖ ਆਧਾਰ ਕੀ ਹੈ ਠੀਕ ਆ ਧਰਮ ਤੇ ਕਲਾ ਨਹੀਂ ਆਊਗਾ ਇਸਦੇ ਵਿੱਚ ਇਤਿਹਾਸ ਦਾ ਵੀ ਕੋਈ ਯੋਗਦਾਨ ਨਹੀਂ ਬਟ ਇਹਨੂੰ ਸਟੱਡੀ ਜ਼ਰੂਰ ਕੀਤਾ ਜਾ ਸਕਦਾ ਹੈ ਸਮਾਜ ਦਾ ਵੀ ਕੋਈ ਵਿਸ਼ੇਸ਼ ਯੋਗਦਾਨ ਨਹੀਂ ਹੈ ਬਟ ਸਾਹਿਤਿਕ ਕ੍ਰਿਤਾ ਇਸ ਤੋਂ ਵੀ ਸਾਨੂੰ ਪਤਾ ਲੱਗੂਗਾ ਨਾ ਕਿ ਸਾਹਿਤ ਦੇ ਵਿੱਚ ਕੀ ਕੁਝ ਵਾਪਰਿਆ ਹੈ ਕਿਵੇਂ ਉન્નਤੀ ਹੋਈ ਹੈ ਕਿਹੜੇ ਵਿਅਕਤੀ ਨੇ ਕੀ ਕੰਮ ਕੀਤਾ ਹੈ ਕਿਹੜੀ ਪਰਵਿਰਤੀ ਦਾ ਸੀ ਕਦੋਂ ਰਚਨਾ ਲਿਖੀ ਗਈ ਹੈ ਕਿਹੜੇ ਵਿਅਕਤੀ ਦੀ ਹੈ ਇਹ ਸਾਰਾ ਕੁਝ ਸਾਹਿਤਿਕ ਕ੍ਰਿਤਾ ਤੋਂ ਹੀ ਪਤਾ ਲੱਗੂਗਾ ਤਾਂ ਇਸ ਕਰਕੇ ਇਸ ਨੂੰ ਅਸੀਂ ਰਾਈਟ ਮੰਨਾਂਗੇ ਨੈਕਸਟ ਹੈ ਜੀ 5 ਨੰਬਰ ਸਾਹਿਤ ਦੀ ਕਾਲਵੰਡ ਦਾ ਕਿਹੜਾ ਆਧਾਰ ਜਿਆਦਾ ਪ੍ਰਮਾਣਿਕ ਮੰਨਿਆ ਜਾਂਦਾ ਹੈ অপਸ਼ਨ 1 ਹੈ ਸਾਹਿਤਿਕ ਪਰਵਰਤੀ অপਸ਼ਨ 2 ਹੈ ਸਮਾਜਿਕ ਵਿਸ਼ੇਸ਼ਣ অপਸ਼ਨ 3 ਹੈ ਰਾਜਸੀ ਅਤੇ ਧਾਰਮਿਕ ਲਹਿਰਾਂ ਅਤੇ অপਸ਼ਨ 4 ਹੈ ਲੇਖਕਾਂ ਦਾ ਕਾਲਕਰਮ ਸੋ ਸਾਹਿਤ ਦੀ ਕਾਲਵੰਡ ਕਰਨੀ ਹੈ ਧਿਆਨ ਰੱਖਿਓ ਕਾਲਵੰਡ ਕਰਨੀ ਹੈ ਕਿਸ ਦੀ ਜੀ ਸਾਹਿਤ ਦੀ ਲਿਟਰੇਚਰ ਦੀ ਤੇ ਜਿਹੜੀ ਸਭ ਤੋਂ ਪ੍ਰਮਾਣਿਕ ਮੰਨਿਆ ਜਾਂਦਾ ਹੈ ਜੀ ਸਾਹਿਤਿਕ ਪਰਵਰਤੀ ਸੋ ਪਰਵਰਤੀ ਦੇ ਆਧਾਰ ਦੇ ਉੱਪਰ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਮੇਂ ਦੇ ਨਾਲ ਜਿਹੜੀਆਂ ਪਰਵਰਤੀਆਂ ਨੇ ਉਹਨਾਂ ਦੇ ਵਿੱਚ ਚੇਂਜ ਆਉਂਦਾ ਰਹਿੰਦਾ ਹੈ ਬਦਲਾਵ ਆਉਂਦਾ ਰਹਿੰਦਾ ਹੈ ਜਦੋਂ ਬਦਲਾਵ ਆਊਗਾ ਤਾਂ ਅਸੀਂ ਫਿਰ ਇਹ ਅਧਿਐਨ ਕਰਾਂਗੇ ਕਿ ਪਹਿਲਾਂ ਸੂਫੀ ਸੀ ਫਿਰ ਕਾਵੀ ਰੂਪ ਆਇਆ ਫਿਰ ਇਸ ਤਰੀਕੇ ਨਾਲ ਹੌਲੀ-ਹੌਲੀ ਹਨਾ ਸੂਫੀ ਕਾਵੀ ਸੰਤ ਫਕੀਰ ਇਹ ਸਾਰੇ ਜਿਨ੍ਹਾਂ ਨੇ ਲਿਖੇ ਗਏ ਹੈਗੇ ਨੇ ਪੰਜਾਬੀ ਦੇ ਵਿੱਚ ਮੋਸਟਲੀ ਹਨਾ ਉਹ ਸਾਰੇ-ਦਿਆਂ ਸਾਰਿਆਂ ਨੂੰ ਅਸੀਂ ਫਿਰ ਸਟੱਡੀ ਕਰਦੇ ਹਾਂ ਉਹ ਪਰਵਰਤੀ ਦੇ ਅਨੁਸਾਰ ਅਸੀਂ ਕਾਲ ਵੰਡ ਕਰਦੇ ਹਾਂ ਠੀਕ ਹੈ ਸੂਫੀ ਕਾਵੀ ਹੋ ਗਿਆ ਜਿਵੇਂ ਮਾਡਰਨ ਜਿਹੜੇ ਹਨ ਆ ਜਾਂਦੇ ਹੈਗੇ ਸਾਰੇ ਦੇ ਸਾਰੇ ਅਸੀਂ ਇਨਕਲੂਡ ਕਰਦੇ ਹੈਗੇ ਤਾਂ ਸਾਹਿਤਿਕ ਪ੍ਰਵਿਰਤੀ ਹੀ ਇੱਕ ਅਜਾ ਸਾਧਨ ਹੈ ਜਿਦੇ ਨਾਲ ਅਸੀਂ ਸਾਹਿਤ ਦੀ ਕਾਲਵੰਡ ਜਿਹੜੀ ਹੈ ਸਮਾਂਵੰਡ ਜਿਹੜੀ ਹੈ ਉਹ ਕਰ ਸਕਦੇ ਹੈਗੇਾਂਗੇ ਨੈਕਸਟ ਹੈ ਜੀ 6 ਨੰਬਰ ਸਾਹਿਤ ਦੀ ਇਤਿਹਾਸਕਾਰੀ ਦਾ ਕੀ ਅਰਥ ਹੈ ਸਾਹਿਤ ਦੀ ਇਤਿਹਾਸਕਾਰੀ ਦਾ ਕੀ ਅਰਥ ਹੈ অপਸ਼ਨ 1 ਹੈ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਰਚਨਾ অপਸ਼ਨ 2 ਹੈ ਇਤਿਹਾਸਿਕ ਵਿਸ਼ੇ ਦੀ ਸਾਹਿਤਿਕ ਰਚਨਾ অপশন 3 ਹੈ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਕਾਲਕਰਮਤਾ ਅਤੇ অপਸ਼ਨ 4 ਹੈ ਜੀ ਸਾਹਿਤ ਦੀ ਇਤਿਹਾਸ ਦੀ ਇਤਿਹਾਸਕਾਰੀ ਤਾਂ ਰਾਈਟੈਸਟ ਆਨਸਰ ਜੀ ਸੀ অপਸ਼ਨ ਸੋ ਇਤਿਹਾਸਕਾਰੀ ਦਾ ਮਤਲਬ ਪੁੱਛਿਆ ਗਿਆ ਹੈ ਕਿ ਸਾਹਿਤ ਦੀ ਜਿਹੜੀ ਇਤਿਹਾਸਕਾਰੀ ਹੈ ਇਹਦਾ ਕੀ ਅਰਥ ਬੰਦਾ ਹੈ ਤਾਂ ਇਹਦੇ ਅਕੋਰਡਿੰਗ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਕਾਲਕਰਮਤਾ ਮਤਲਬ ਜਿਹੜੀਆਂ ਸਾਹਿਤ ਦੇ ਵਿੱਚ ਰਚਨਾਵਾਂ ਲਿਖੀਆਂ ਗਈਆਂ ਨੇ ਬੁੱਕਾਂ ਲਿਖੀਆਂ ਗਈਆਂ ਨੇ ਪੁਸਤਕਾਂ ਲਿਖੀਆਂ ਗਈਆਂ ਨੇ ਗਿਆ ਉਹਨਾਂ ਦੀ ਵੰਡ ਕਰਨੀ ਹੈਗੀ ਆ ਜੀ ਕਾਲਕ੍ਰਮ ਦੇ ਅਨੁਸਾਰ ਮੀਂਝ ਕੇ ਕਿਹੜੇ ਕਾਲ ਦੇ ਦੌਰਾਨ ਠੀਕ ਹੈ ਕਿਸ ਤਰੀਕੇ ਦੇ ਨਾਲ ਕਿਹੜੇ ਵਿਅਕਤੀ ਨੇ ਕਿਹੜਾ ਉਸਤਰ ਰਚਤਾ ਜਿਹੜਾ ਹੈ ਸਾਰਾ ਕੁਝ ਆ ਜਾਂਦਾ ਹੈ ਇਹ ਚੀਜ਼ ਹੀ ਆਵੇਗੀ ਜੀ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਕਾਲਕ੍ਰਮਤਾ ਠੀਕ ਹੈ ਜਾਨੀ ਕਿ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਕਾਲਕ੍ਰਮ ਦੇ ਅਨੁਸਾਰ ਚੁਣਨਾ ਇਹੀ ਸਾਹਿਤ ਦੀ ਇਤਿਹਾਸਕਾਰੀ ਹੋਵੇਗੀ ਨੈਕਸਟ ਹੈ ਜੀ 7 ਨੰਬਰ ਸਾਹਿਤ ਦੇ ਇਤਿਹਾਸਕਾਰੀ ਲਈ ਸਮਗਰੀ ਹੈ ਆਪਸ਼ਨ 1 ਹੈ ਜੀ ਸਾਹਿਤਿਕ ਰਚਨਾ ਤੋਂ ਆਪਸ਼ਨ 2 ਹੈ ਸਾਹਿਤਕ ਗੋਸ਼ਟੀਆਂ ਤੋਂ ਆਪਸ਼ਨ 3 ਹੈ ਜੀ ਇਤਿਹਾਸ ਦੀ ਵਿਆਖਿਆ ਤੋਂ ਅਤੇ ਆਪਸ਼ਨ 4 ਹੈ ਸਾਹਿਤ ਆਲੋਚਨਾ ਤੋਂ ਸਾਹਿਤ ਦੀ ਇਤਿਹਾਸਕ ਰੀ ਸਮਗਰੀ ਕਿਹੜੀ ਹੋਵੇਗੀ ਆਪਾਂ ਇਹ ਤਾਂ ਪਤਾ ਕਰ ਲਿਆ ਹੈ ਕਿ ਕਾਲਕ੍ਰਮ ਦੀ ਜਿਹੜੀ ਸਟੱਡੀ ਕਰਨਾ ਇਤਿਹਾਸ ਦੇ ਵਿੱਚ ਹਨਾ ਕਿ ਇਤਿਹਾਸ ਜਾਨਣਾ ਸਾਹਿਦ ਦਾ ਇਹ ਤਾਂ ਹੈ ਸਾਹਿਦ ਇਤਿਹਾਸ ਕਰੀ ਬਟ ਸਮਗਰੀ ਮਟੀਰੀਅਲ ਕੀ ਰਹੂਗਾ ਜਿਸ ਤੋਂ ਅਸੀਂ ਇਹ ਚੀਜ਼ ਦਾ ਪਤਾ ਕਰਾਂਗੇ ਵੈਰੀ ਵੈਰੀ ਸਿੰਪਲ ਹੈ ਸੋ ਇਹ ਕ੍ਰਿਤਾ ਹੀ ਨੇ ਕ੍ਰਿਤਾ ਮਤਲਬ ਰਚਨਾਮਾ ਹੀ ਨੇ ਜਿਹਦੇ ਤੋਂ ਅਸੀਂ ਇਹ ਪਤਾ ਕਰ ਸਕਦੇ ਹਾਂ ਕਿ ਡੀ ਰਚਨਾ ਕਦੋਂ ਲਿਖੀ ਗਈ ਹੈ ਓਕੇ ਇਸੇ ਤੋਂ ਹੀ ਸਾਨੂੰ ਪਤਾ ਲੱਗੂਗਾ ਗ੍ਰਿਤਾ ਦਾ ਮਤਲਬ ਹੈ ਰਚਨਾਵਾਂ ਜੋ ਬੁੱਕਾਂ ਜੋ ਪੁਸਤਕਾਂ ਲਿਖੀਆਂ ਗਈਆਂ ਨੇਗੀਆਂ ਉਹ ਸਾਰਾ ਦਾ ਸਾਰਾ ਇਸ ਦੇ ਵਿੱਚ ਆ ਜਾਊਗਾ ਠੀਕ ਹੈ ਇਸੇ ਤੋਂ ਹੀ ਸਾਨੂੰ ਪਤਾ ਲੱਗੇਗਾ ਜੀ ਸਾਹਿਤ ਦੀ ਇਤਿਹਾਸਕਾਰੀ ਦਾ ਤੇ ਇਸ ਸਮਗਰੀ ਹੈ ਪ੍ਰਮੁੱਖ ਤੌਰ ਦੇ ਉੱਪਰ ਨੈਕਸਟ ਹੈ ਜੀ ਸਾਹਿਤ ਦੇ ਨਿਜ਼ਮ ਕੀ ਨਿਰਧਾਰਤ ਕਰਦੇ ਨੇ ਸਾਹਿਤ ਦੇ ਕੁਝ ਨਿਜ਼ਮ ਹੁੰਦੇ ਨੇ ਇਹ ਕਿਹੜੀ ਚੀਜ਼ ਨੂੰ ਨਿਰਧਾਰਤ ਕਰਦੇ ਨੇ অপਸ਼ਨ 1 ਹੈ ਸਾਹਿਤਿਕ ਵਿਆਖਿਆ ਨੂੰ অপਸ਼ਨ 2 ਹੈ ਸਾਹਿਤ ਤੱਥ ਨੂੰ অপਸ਼ਨ 3 ਹੈ ਸਾਹਿਤਿਕ ਰਚਨਾਵਾਂ ਨੂੰ ਅਤੇ অপਸ਼ਨ 4 ਹੈ ਸਾਹਿਤਿਕ ਅਧਿਐਨ ਸਾਹਿਤ ਦੇ ਲਿਟਰੇਚਰ ਦੇ ਜਿਹੜੇ ਨਿਜ਼ਮ ਨੇ ਇਹ ਕਿਹੜੀ ਚੀਜ਼ ਨੂੰ ਨਿਰਧਾਰਤ ਕਰਦੇ ਨੇ ਸੋ ਇਹ ਕਰਦੇ ਹੈਗੇ ਜੀ ਸਾਹਿਤ ਤੱਥਾਂ ਨੂੰ ਸੋ ਜਿਹੜੇ ਤੱਥ ਨੇ ਸਾਹਿਤ ਦੇ ਉਹਨਾਂ ਦੇ ਬਾਰੇ ਸਾਨੂੰ ਦੱਸਦੇ ਹੈਗੇ ਆ ਕਿ ਕਿ ਕਿਹੜੇ ਕਿਹੜੇ ਤੱਥ ਨੇ ਤੇ ਉਹਨਾਂ ਦੇ ਨਾਲ ਸੰਬੰਧਿਤ ਕੁਝ ਨਿਜ਼ਮ ਜਿਹੜੇ ਬਣਾਏ ਜਾਂਦੇ ਨੇ ਕਿ ਕਿਵੇਂ ਅਸੀਂ ਇਸ ਨੂੰ ਪ੍ਰੈਜੈਂਟ ਕਰਨਾ ਹੈ ਕਿਹੜੇ ਸਮੇਂ ਦੇ ਦੌਰਾਨ ਕਿਹੜਾ ਰਾਈਟਰ ਆਇਆ ਕਿਹੜੀ ਰਚਨਾ ਆਈ ਹੈ ਉਹ ਸਾਰੇ ਦੇ ਸਾਰੇ ਨਿਜ਼ਮ ਦੇ ਆਧਾਰ ਦੇ ਉੱਪਰ ਹੀ ਸੰਭਵ ਹੋ ਪਾਊਗਾ ਨੈਕਸਟ ਹੈ ਜੀ ਸਾਹਿਤ ਇਤਿਹਾਸ ਦੇ ਵਿਦਵਾਨਾਂ ਦੀ ਵੱਡੀ ਸਮੱਸਿਆ ਕੀ ਹੁੰਦੀ ਹੈ ਕੀ ਆ ਸੋ ਆਪਸ਼ਨ 1 ਹੈ ਕਾਲ ਵੰਡ ਦਾ ਆਧਾਰ ਆਪਸ਼ਨ 2 ਹੈ ਕਾਲ ਵੰਡ ਦਾ ਸਮਾਂ ਆਪਸ਼ਨ 3 ਹੈ ਕਾਲ ਵੰਡ ਦਾ ਸਮਾਜ ਅਤੇ ਆਪਸ਼ਨ 4 ਹੈ ਇਤਿਹਾਸ ਸੋ ਸਾਹਿਤ ਦੇ ਇਤਿਹਾਸ ਨੂੰ ਜਾਣਨ ਦੇ ਵਿੱਚ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਕਿਹੜੀ ਸਮੱਸਿਆ ਤੋਂ ਝੂਜਣਾ ਪੈਂਦਾ ਹੈ ਇਹ ਹੈਗੀ ਆ ਜੀ ਕਾਲ ਵੰਡ ਦਾ ਆਧਾਰ ਠੀਕ ਹੈ ਕਾਲ ਵੰਡ ਦਾ ਸਮਾਂ ਤਾਂ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਹੈ ਕਾਲ ਵੰਡ ਜਿਹੜੀ ਹੈ ਸਮਾਜ ਅਨੁਸਾਰ ਵੀ ਹੋ ਸਕਦੀ ਹੈ ਇਤਿਹਾਸ ਵੀ ਪਤਾ ਲੱਗ ਜਾਂਦਾ ਹੈ ਬਟ ਆਧਾਰ ਕੀ ਬਣਾਗੇ ਇਹਦੇ ਬਾਰੇ ਜਿਹੜਾ ਜਾਣਕਾਰੀ ਨਹੀਂ ਮੈਵਦੀ ਜਿਹਦੇ ਕਰਕੇ ਉਹ ਕਨਫਿਊਜ਼ ਹੋਏ ਰਹਿੰਦੇ ਹੈਗੇ ਆ ਠੀਕ ਹੈ ਇਸ ਕਰਕੇ ਕਾਲ ਵੰਡ ਦਾ ਜਿਹੜਾ ਆਧਾਰ ਹੈ ਉਹ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ ਵਿਦਵਾਨਾਂ ਦੇ ਲਈ ਕਿ ਕਿਵੇਂ ਅਸੀਂ ਵੰਡ ਕਰੀਏ ਕਿਹੜਾ ਰਾਈਟਰ ਕਦੋਂ ਆਇਆ ਕਿਹੜੇ ਕਾਲ ਦੇ ਦੌਰਾਨ ਸੀ ਕਿਸ ਦੇ ਦੌਰਾਨ ਸੀ ਉਹ ਸਭ ਕੁਝ ਇਸ ਦੇ ਵਿੱਚ ਇਨਕਲੂਡ ਹੈ ਨੈਕਸਟ ਹੈ ਜੀ 10 ਨੰਬਰ ਸਾਇਤਿਕ ਮੋਟਿਫ ਹੁੰਦੇ ਹੈਗੇ ਨੇਗੇ ਸੋ ਇਹ ਹੁੰਦੇ ਹੈਗੇ ਜੀ ਸਾਇਤਿਕ ਪਰਖ ਸਾਇਤਿਕ ਤੱਤ ਸਾਇਤਿਕ ਪ੍ਰਵਿਰਤੀ ਅਤੇ অপਸ਼ਨ 4 ਹੈ ਜੀ ਕਾਲਵੰਡ ਸਾਹਿਤਿਕ ਮੋਟਿਫ ਕੀ ਹੁੰਦੇ ਹੈਗੇ ਸੋ ਇਹ ਹੁੰਦੇ ਹੈਗੇ ਜੀ ਸਾਹਿਤਿਕ ਤੱਤ ਓਕੇ ਸੋ ਮੋਟਿਫ ਦਾ ਮਤਲਬ ਹੈ ਉਦੇਸ਼ ਹੈ ਨਾ ਸੋ ਸਾਹਿਤਿਕ ਤੱਤ ਹੁੰਦੇ ਨੇ ਜੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਹਿਤ ਕਿਸਤੇ ਦੁਆਰਾ ਰਚਿਆ ਗਿਆ ਹੈ ਕੀ ਉਦੇਸ਼ ਰਿਹਾ ਹੈ ਪ੍ਰਵਿਰਤੀ ਕਿਹੜੀ ਰਹੀ ਹੈ ਇਹ ਤੱਥਾਂ ਦੇ ਆਧਾਰ ਦੇ ਉੱਪਰ ਹੀ ਬੰਦੀ ਹੈਗੀ ਹੈ ਜੀ ਨੈਕਸਟ ਹੈ ਜੀ 11 ਨੰਬਰ ਸਾਹਿਦੇ ਸਾਹਿਤਕਾਰਤਾ ਦਾ ਸਰੂਪ ਨਿਸ਼ਚਿਤ ਕਰਦੀ ਹੈ ਜੀ ਸਾਹਿਤਿਕ ਮੈਟਾ ਅਲੋਚਨਾ ਸਾਹਿਤ ਇਤਿਹਾਸ ਸਾਹਿਤਿਕ ਸਮੀਖਿਆ ਤੇ ਸਾਹਿਤਿਕ ਸਾਹਿਤ ਖੋਜ ਸਾਹਿਤ ਦੀ ਸਹਾਇਕਤਾ ਦਾ ਸਰੂਪ ਜਿਹੜਾ ਹੈ ਉਹ ਕਿਸਤੇ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ ਸੋ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਜੀ ਸਾਹਿਤਿਕ ਸਮਿਖਿਆ ਦੇ ਵਿੱਚ ਇਸ ਦੇ ਵਿੱਚ ਪੂਰੀ ਜਿਹੜੀ ਹਨਾ ਆਲੋਚਨਾ ਸੋਰੀ ਸਮਿਖਿਆ ਜਿਹੜੀ ਕੀਤੀ ਜਾਂਦੀ ਹੈਗੀ ਆ ਜਿਹਦੇ ਆਧਾਰ ਦੇ ਉੱਪਰ ਸਾਹਿਦ ਦੀ ਸਹਾਇਕਤਾ ਦਾ ਜਿਹੜਾ ਸਰੂਪ ਹੈ ਉਹ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਕਿਸ ਪ੍ਰਵਿਰਤੀ ਦੀ ਹੈ ਕਿਸ ਤਰ੍ਹਾਂ ਦੀ ਹੈਗੀ ਆ ਕਿਹੜੀ ਚੀਜ਼ ਨੂੰ ਪ੍ਰੈਜ਼ੈਂਟ ਕਰਦੀ ਹੈ ਕੀ ਉਦੇਸ਼ ਰੱਖਿਆ ਗਿਆ ਹੈ ਉਹ ਸਭ ਕੁਝ ਇਸ ਤੋਂ ਪਤਾ ਲੱਗ ਜਾਂਦਾ ਹੈ ਨੈਕਸਟ ਹੈ ਜੀ ਕਿਸੇ ਰਚਨਾ ਦੀ ਸਮੁੱਚੀ ਜੜਤਕਾਰੀ ਦਾ ਨਾਮ ਹੈ ਸਾਹਿਤ ਸਮਿਖਿਆ ਸਾਹਿਤ ਖੋਜ ਸਾਹਿਤ ਸਿਰਜਣਾ ਤੇ ਸਾਹਿਤਿਕ ਤੱਤ ਸੋ ਕਿਸੇ ਵੀ ਰਚਨਾ ਦੀ ਜਿਹੜੀ ਅਸੀਂ ਸਮੁੱਚੀ ਜੜਤਕਾਰੀ ਨੂੰ ਜਾਣੀਏ ਤੇ ਉਸ ਜੜਤਕਾਰੀ ਦਾ ਜਿਹੜਾ ਨਾਮ ਹੈ ਉਹ ਕੀ ਹੋਵੇਗਾ ਕਿਸੇ ਵੀ ਰਚਨਾ ਦਾ ਉਹਦੀ ਪੂਰੀ ਜਿਹੜੀ ਸਮੁੱਚੀ ਜੜ ਹੋਊਗੀ ਜਿੱਥੋਂ ਸ਼ੁਰੂ ਹੋਊਗਾ ਸੋ ਇੱਕ ਹੀ ਹੋਊਗਾ ਤਾਂ ਇਹ ਹੋਊਗਾ ਜੀ ਸਾਹਿਤਿਕ ਤੱਤ ਤਤਹੀ ਹੈਗੇ ਨੇ ਜੇ ਤੁਹਾਨੂੰ ਇਸ ਚੀਜ਼ ਦਾ ਜਿਹੜਾ ਪਤਾ ਲੱਗੂਗਾ ਕਿ ਕੀ ਲਿਖਿਆ ਹੈ ਕਿਸ ਵੇਸ ਤੇ ਲਿਖਿਆ ਗਿਆ ਹੈ ਕਿਸ ਅਧਿਚੀ ਨੂੰ ਆਧਾਰ ਬਣਾਇਆ ਗਿਆ ਹੈ ਕਿਉਂ ਲਿਖਿਆ ਗਿਆ ਹੈ ਉਦੇਸ਼ ਕੀ ਰਹੇ ਨੇ ਉਹ ਸਭ ਕੁਝ ਆ ਉਹਦੇ ਵਿੱਚ ਨੈਕਸਟ ਹੈ ਜੀ ਜੇ ਸਾਹਿਤ ਸਮਿਖਿਆ ਦਾ ਸੁਭਾਅ అనుభవੀ ਪੱਖੀ ਹੈ ਤਾਂ ਸਮਿਖਿਆ ਹੋਵੇਗੀ ਧਿਆਨ ਰੱਖਿਓ ਕੁਐਸਚਨ ਪੁੱਛਿਆ ਗਿਆ ਹੈ ਜੇ ਸਾਹਿਤ ਸਮਿਖਿਆ ਦਾ ਸੁਭਾਅ అనుభవੀ ਹੈ ਯਾਨੀ ਕਿ ਐਕਸਪੀਰੀਅੰਸ ਵਾਲਾ ਹੋਊਗਾ ਤਾਂ ਸਮਿਖਿਆ ਕੀ ਹੋਵੇਗੀ ਸੋ ਕਲਾ ਹੋਵੇਗੀ अनुभवात्मक ਹੋਵੇਗੀ ਵਿਖਿਆਮਈ ਹੋਵੇਗੀ ਜਾਂ ਫਿਰ ਖੋਜ ਪਰਵਰਤੀ ਵਾਲੀ ਹੋਵੇਗੀ ਸਾਇਦੀ ਇਸ ਵਿੱਚ ਵਿਖਿਆ ਦਾ ਸੁਭਾਅ ਅਨੁਭਵੀ ਦੱਸਿਆ ਗਿਆ ਹੈ ਤਾਂ ਇਹ ਇੱਕ ਕਲਾ ਦੇ ਰੂਪ ਦੇ ਵਿੱਚ ਹੋਊਗੀ ਇਹਦੀ ਸਮੀਖਿਆ ਜੋ ਕਿ అనుభవ ਨੂੰ ਆਪਣੇ ਨੂੰ ਆਪਣੇ ਜਿਹੜਾ ਐਕਸਪੀਰੀਅੰਸ ਹੈ ਲਾਈਫ ਦਾ ਉਹਨੂੰ ਸ਼ੇਅਰ ਕਰੂਗਾ ਆਰਟ ਦੇ ਰੂਪ ਦੇ ਵਿੱਚ ਪ੍ਰੈਜੈਂਟ ਕਰੂਗਾ ਕਲਾ ਦੇ ਰੂਪ ਦੇ ਵਿੱਚ ਪ੍ਰੈਜੈਂਟ ਕਰੂਗਾ ਨੈਕਸਟ ਹੈ ਜੀ 14 ਨੰਬਰ ਕੁਐਸਚਨ ਸਾਹਿਤ ਅਧਿਐਨ ਦਾ ਮੁੱਖ ਸਰੂਕਾਰ ਹੁੰਦਾ ਹੈ ਜੀ ਸਾਹਿਤ ਅਧਿਐਨ ਦਾ ਮੁੱਖ ਸਰੂਕਾਰ ਉਦੇਸ਼ ਹੁੰਦਾ ਜੀ ਪਾਠਕਾਂ ਰਚਨਾ ਦੇ ਪਾਠਕਾਂ ਨਾਲ ਰਚਨਾ ਦੇ ਲੇਖਕਾਂ ਦੇ ਨਾਲ ਰਚਨਾ ਦੇ ਆਲੋਚਕਾਂ ਦੇ ਨਾਲ ਅਤੇ ਰਚਨਾ ਦੇ ਪਾਠ ਪ੍ਰਬੰਧ ਦੇ ਨਾਲ ਸਾਹਿਤ ਅਧਿਐਨ ਦਾ ਜਿਹੜਾ ਪ੍ਰਮੁੱਖ ਸਰੂਕਾਰ ਮਤਲਬ ਸਬੰਧ ਜਿਹੜਾ ਹੈ ਨਾ ਉਹ ਕਿਹਦੇ ਨਾਲ ਹੋਊਗਾ ਤਾਂ ਹੋਊਗਾ ਜੀ ਰਚਨਾ ਦੇ ਪਾਠ ਪ੍ਰਬੰਧ ਦੇ ਨਾਲ ਸਾਹਿਤ ਅਧਿਐਨ ਦਾ ਠੀਕ ਹੈ ਜੀ ਰਚਨਾ ਦੇ ਪਾਠ ਪ੍ਰਬੰਧ ਦੇ ਨਾਲ ਨੈਕਸਟ ਹੈ ਜੀ 15 ਨੰਬਰ ਸਾਹਿਤ ਇਤਿਹਾਸ ਰਚਨਾ ਦਾ ਮੁਢਲਾ ਲੱਛਣ ਕੀ ਹੈ ਸੋ ਕਲਾਕਰਮਤਾ ਕਾਲਕਰਮਤਾ ਪਰਵਿਰਤੀਆਂ ਲੇਖਕ ਕਰਮ ਅਤੇ ਚੌਥਾ ਹੈ ਜੀ ਇਤਿਹਾਸਕ ਕਾਲ ਸੋ ਸਾਹਿਤ ਇਤਿਹਾਸ ਦੀ ਰਚਨਾ ਦਾ ਮੋਢਲਾ ਲਖਣ ਕੀ ਹੋਊਗਾ ਜਿੱਤੋਂ ਸਾਨੂੰ ਪਤਾ ਲੱਗੂਗਾ ਕਿ ਇਹ ਸਾਹਿਤ ਇਤਿਹਾਸ ਦੀ ਗੱਲ ਕਰ ਰਿਹਾ ਹੈ ਤਾਂ ਇਹਦੇ ਵਿੱਚੋਂ ਸਹੀ ਆਨਸਰ ਜਿਹੜਾ ਹੈ ਉਹ ਕਾਲਕਰਮਤਾ ਹੀ ਹੋਊਗੀ ਇਹਦੇ ਚ ਹੀ ਸਾਨੂੰ ਪਤਾ ਲੱਗੂਗਾ ਕਿ ਇਤਿਹਾਸ ਦੇ ਵਿੱਚ ਕਿ ਕਦੋਂ ਲਿਖੀ ਗਈ ਹੈ 47 ਤੋਂ ਪਹਿਲਾਂ ਲਿਖੀ ਗਈ ਹੈ 47 ਤੋਂ ਬਾਅਦ ਲਿਖੀ ਗਈ ਹੈ ਇਹ ਸਾਰਾ ਕੁਝ ਇਸ ਤੋਂ ਪਤਾ ਲੱਗੂਗਾ ਪਰਵਿਰਤੀਆਂ ਦੇ ਵਿੱਚ ਨਹੀਂ ਆਊਗਾ ਲੇਖਕ ਦੇ ਕਰਮ ਨਹੀਂ ਆਊਗਾ ਇਤਿਹਾਸਕ ਕਾਲ ਨਹੀਂ ਆਊਗਾ ਠੀਕ ਹੈ ਬਟ ਕਾਲ ਕਰਮ ਜਿਹੜਾ ਹੈ ਇਹ ਸਾਨੂੰ ਦੱਸੂਗਾ ਕਿ ਕਦੋਂ ਕਿਥੀ ਕੀ ਹੈ ਇਹ ਮੋਡੂਲ ਰਚਨ ਹੋਊਗਾ ਜਦੋਂ ਕਿ ਸਾਨੂੰ ਪਤਾ ਲੱਗੂ ਸਾਹਿਦ ਦੇ ਇਤਿਹਾਸ ਦੀ ਗੱਲ ਹੋ ਰਹੀ ਹੈ ਸਾਹਿਤ ਦਾ ਇਤਿਹਾਸ ਲਿਖਣ ਵਾਸਤੇ ਸਾਹਿਤਿਕ ਤੇ ਅਲੋਚਨਾ ਉੱਪਰ ਅਧਿਕਾਰ ਹੋਣਾ ਜ਼ਰੂਰੀ ਹੈ ਇਹ ਕਿਸ ਦੀ ਉਕਤੀ ਹੈ ਕਿਸ ਦੀ ਰਚਨਾ ਹੈ ਜਿਹੜੀ ਲਾਈਨ ਹੈ ਲੇਵਸ ਦੀ ਲੇਵਸ ਦੀ ਬੇਟਨਸ ਦੀ ਪਰਸਨ ਦੀ ਜਾਂ ਫਿਰ ਕਾਰਲਾਈਲ ਦੀ ਸੋ ਸਾਹਿਤ ਦਾ ਇਤਿਹਾਸ ਲਿਖਣ ਵਾਸਤੇ ਸਾਹਿਤਿਕ ਅਲੋਚਨਾ ਦੇ ਉੱਪਰ ਅਧਿਕਾਰ ਹੋਣਾ ਜ਼ਰੂਰੀ ਹੈ ਇਹ ਉਕਤੀ ਜਾਂ ਇਹ ਲਾਈਨ ਜਿਹੜੀ ਹੈ ਇਹ ਲਿਵਸ ਦੇ ਦੁਆਰਾ ਲਿਖੀ ਗਈ ਰਚਨਾ ਹੈ ਲਾਈਨ ਹੈ ਠੀਕ ਹੈ ਜੀ ਨੈਕਸਟ ਹੈ ਜੀ 17 ਨੰਬਰ ਸਾਹਿਤਿਕ ਇਤਿਹਾਸ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਜੀ ਸਥਿਰ ਹੁੰਦੀ ਹੈ ਅਪਰਵਰਤਨ ਹੁੰਦੀ ਹੈ ਜੀ ਜਾਂ ਪਰਵਰਤਨਸ਼ੀਲ ਹੁੰਦੀ ਹੈ ਜੀ ਜਾਂ ਮਜ਼ਬੂਤ ਤੇ ਸਥਿਰ ਧੁੰਦੀ ਹੈ ਗਿਆ ਸਾਇਤੇਕ ਇਤਿਹਾਸ ਦੀ ਇੱਕ ਸਭ ਤੋਂ ਵੱਡੀ ਹੈ ਜਿਹੜੀ ਕਦਰਾਂ ਕੀਮਤਾਂ ਦੇ ਵਿੱਚ ਆਉਂਦੀ ਹੈ ਇਹ ਹੁੰਦੀ ਹੈਗੀ ਆ ਜੀ ਪਰਵਰਤਨਸ਼ੀਲਤਾ ਸੋ ਇਹਦੇ ਵਿੱਚ ਪਰਵਰਤਨ ਆਉਂਦਾ ਰਹਿੰਦਾ ਹੈ ਹਮੇਸ਼ਾ ਤਬਦੀਲ ਹੁੰਦੀ ਰਹਿੰਦੀ ਹੈਗੀ ਆ ਸੋ ਪਹਿਲਾਂ ਰਚਨਾਵਾਂ ਹੋਰ ਤਰੀਕੇ ਦੀਆਂ ਹੋਣਗੀਆਂ ਸਮੇਂ ਦੇ ਨਾਲ ਲੋੜ ਦੇ ਅਨੁਸਾਰ ਵਿਅਕਤੀਆਂ ਦੇ ਅਨੁਸਾਰ ਸਮਾਜ ਦੇ ਅਨੁਸਾਰ ਇਹਦੇ ਵਿੱਚ ਪਰਵਰਤਨ ਹੁੰਦਾ ਰਹੂਗਾ ਇਸੇ ਕਰਕੇ ਹੀ ਇਸਤੀਆਂ ਜਿੰਨੀਆਂ ਕਦਰਾਂ ਕੀਮਤਾਂ ਨੇਗੀਆਂ ਪਰਵਰਤਨਸ਼ੀਲ ਹੁੰਦੀਆਂ ਹੈਗੀਆਂ ਨੇ ਸਥਿਰ ਨਹੀਂ ਰਹਿਣੀਆਂ ਆ ਪਰਵਰਤਨ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਔਰ ਮਜ਼ਬੂਤ ਵੀ ਨਹੀਂ ਹੁੰਦੀਆਂ ਕਹਿ ਸਕਦੇ ਹਨ ਬਟ ਪਰਵਰਤਨ ਜ਼ਰੂਰ ਹੁੰਦਾ ਹੈ ਨੈਕਸਟ ਹੈ ਜੀ ਸਾਹਿਤ ਦੀ ਕਾਲ ਬਣ ਦਾ ਪ੍ਰਮਾਣਿਕ ਆਧਾਰ ਕਿਹੜਾ ਹੈ ਰਾਜਨੀਤਿਕ ਤਿਥਾਂ ਕੈਲੈਂਡਰੀ ਤਿਥਾਂ ਸਾਹਿਤਿਕ ਤਿਥਾਂ ਜਾਂ ਸਮਾਜਿਕ ਲਹਿਰਾਂ ਜਿਸ ਤੋਂ ਸਾਨੂੰ ਕਾਲ ਬਣ ਦਾ ਜਿਹੜਾ ਪ੍ਰਮਾਣਿਕ ਆਧਾਰ ਮਿਲ ਸਕੇ ਕਿਹੜਾ ਹੋਊਗਾ ਜੀ ਇਹ ਇਹ ਹੋਊਗਾ ਜੀ ਸਾਹਿਤਿਕ ਤਿਥਾਂ ਯਾਨੀ ਕਿ ਜਿਹੜਾ ਸਾਹਿਦ ਲਿਖਿਆ ਗਿਆ ਹੈ ਉਹਦੇ ਵਿੱਚ ਡੇਟ ਲਿਖੀ ਹੋਊਗੀ ਠੀਕ ਹੈ ਉਸ ਡੇਟ ਤੋਂ ਅਸੀਂ ਅੰਦਾਜ਼ਾ ਲਗਾਵਾਂਗੇ ਕਿ ਰਚਨਾ ਕਦੋਂ ਲਿਖੀ ਗਈ ਹੈ ਕਿਹੜੇ ਕਾਲ ਦੇ ਦੌਰਾਨ ਲਿਖੀ ਗਈ ਹੈ ਤੇ ਲੇਖਕ ਕੌਣ ਸੀ ਉਹ ਵੀ ਉਹਦੇ ਵਿੱਚ ਇਨਕਲੂਡ ਹੋ ਜਾਊਗਾ ਨੈਕਸਟ ਹੈ ਕਾਲ ਕਾਲ ਵਰਣ ਕੀ ਹੈ অপਸ਼ਨ 1 ਹੈ ਇਕੋ ਨਿਗੇ অপਸ਼ਨ 2 ਹੈ ਵਖ ਵਖ ਨੇ অপਸ਼ਨ 3 ਹੈ ਬੂਰਕ ਹੈ ਅਤੇ অপਸ਼ਨ 4 ਹੈ ਉਪਰਕੋ ਸਾਰੇ ਕਾਲ ਵੰਡ ਅਤੇ ਕਾਲ ਵਰਣਨ ਇਹ ਦੋਨੋਂ ਹੀ ਚੀਜ਼ਾਂ ਵਖ ਵਖ ਨੇਗੀਆਂ ਕਿਉਂਕਿ ਕਾਲ ਵੰਡ ਦੇ ਵਿੱਚ ਅਸੀਂ ਉਸ ਨੂੰ ਵੰਡਾਂਗੇ ਕਿ 18ਵੀਂ ਸਦੀ ਦੇ ਵਿੱਚ ਹੈ 16ਵੀਂ ਸਦੀ ਦੇ ਵਿੱਚ ਹੈ 20ਵੀਂ ਸਦੀ ਦੇ ਵਿੱਚ ਹੈ ਇਹ ਕਾਲ ਵੰਡ ਹੋ ਜਾਊਗੀ ਅੱਗੇ ਕਾਲ ਦਾ ਵਰਣਨ ਕਰਨਾ ਕਿ 18ਵੀਂ ਸਦੀ ਦੇ ਵਿੱਚ ਕਿਹੜੇ ਲੇਖਕ ਸੀਗੇ ਉਹਨਾਂ ਦੇ ਕੰਮ ਕਿਹੜੇ-ਕਿਹੜੇ ਸੀਗੇ ਕਿਹੜੀਆਂ ਰਚਨਾਵਾਂ ਲਿਖੀਆਂ ਸੀਗੀਆਂ ਕੀ ਪਰਵਰਤਿਤਿਆ ਸੀ ਇਹ ਵਰਨਣ ਹੋਊਗਾ ਇਸ ਕਰਕੇ ਇਹ ਦੋਨੋਂ ਵੱਖ-ਵੱਖ ਨੇ ਕਿ ਦੂਜੇ ਤੋਂ ਨੈਕਸਟ ਹੈ ਜੀ ਪੰਜਾਬ ਦਾ ਸਾਹਿਤਕ ਇਤਿਹਾਸ ਤੇ ਪੰਜਾਬ ਦਾ ਸਭਿਅਤ ਇਤਿਹਾਸ ਹਨ ਆਪਸ਼ਨ 1 ਹੈ ਵੱਖ-ਵੱਖ ਆਪਸ਼ਨ 2 ਹੈ ਇੱਕੋ ਹਨ ਆਪਸ਼ਨ 3 ਹੈ ਅੰਤਰ ਸਬੰਧਤ ਹਨ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ ਪੰਜਾਬ ਦਾ ਸਾਹਿਤਕ ਇਤਿਹਾਸ ਤੇ ਪੰਜਾਬ ਦਾ ਸਭਿਅਤ ਇਤਿਹਾਸ ਇਕੀਆ ਇੱਕ ਦੂਜੇ ਦੇ ਨਾਲ ਅੰਤਰ ਸਬੰਧਤ ਨੇ ਅੰਤਰ ਸਬੰਧਤ ਕਿਵੇਂ ਨੇ ਕਿ ਪੰਜਾਬ ਦਾ ਸਾਹਿਤਕ ਇਤਿਹਾਸ ਜਿਹੜਾ ਹੈ ਉਹ ਵੀ ਜਾਣਕਾਰੀ ਦਿੰਦਾ ਹੈ ਸਾਨੂੰ ਇਤਿਹਾਸ ਦੀ ਠੀਕ ਹੈ ਜੀ ਔਰ ਇਸੇ ਇਤਿਹਾਸ ਤੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਸਭਿਅਤ ਇਤਿਹਾਸ ਜਾਨੀ ਕਿ ਸਭਿਅਤਾ ਦਾ ਜਿਹੜਾ ਇਤਿਹਾਸ ਹੈ ਉਹ ਕਿਹੋ ਜਿਹਾ ਹੈ ਕਿਸ ਤਰ੍ਹਾਂ ਲੋਕ ਰਹਿੰਦੇ ਸੀ ਕਿਹੜਾ ਖਾਣ ਪੀਣ ਸੀ ਕਿਹੋ ਜਿਹਾ ਪਹਿਨਦੇ ਸੀ ਕੀ ਲਿਖਦੇ ਸੀ ਕਿਹੋ ਜੀ ਬੋਲੀ ਬੋਲਦੇ ਸੀ ਉਹ ਸਾਰਾ ਕੁਝ ਇਸ ਦੇ ਵਿੱਚ ਆ ਜਾਊਗਾ ਠੀਕ ਹੈ ਤਾਂ ਫਿਰ ਇਹ ਇੱਕ ਦੂਜੇ ਨਾਲ ਜੁੜੇ ਹੋਏ ਨੇ ਇੱਕ ਦੂਜੇ ਤੋਂ ਵੱਖ ਕਰ ਦਾਂਗੇ ਤਾਂ ਅਸੀਂ ਇੱਕ ਕਨਸੈਪਟ ਤੋਂ ਦੂਰ ਹੋ ਜਾਵਾਂਗੇ ਨੈਕਸਟ ਹੈ ਜੀ ਇੱਕੀ ਨੰਬਰ ਡਾਕਟਰ ਤੇਜਵੰਤ ਗਿੱਲ ਨੇ ਉਦਪਵ ਵਿਕਾਸ ਗੁਣ ਤੇ ਮਹੱਤਵ ਨੂੰ ਮੰਨਿਆ ਹੈ ਸਾਹਿਤ ਦੇ ਇਤਿਹਾਸਕਾਰੀ ਦੇ ਵਿਆਖਿਆ ਸਾਹਿਦ ਦੇ ਇਤਿਹਾਸਕਾਰੀ ਦੇ ਉਦੇਸ਼ ਸਾਹਿਦ ਦੇ ਇਤਿਹਾਸਕਾਰੀ ਦੀ ਪ੍ਰਕਿਰਤੀ ਜਾਂ ਫਿਰ ਸਾਹਿਤ ਦੀ ਇਤਿਹਾਸਕਾਰੀ ਦੇ ਲੱਛਣ ਡਾਕਟਰ ਤੇਜਵੰਤ ਗਿੱਲ ਦੇ ਅਕੋਰਡਿੰਗ ਹੈ ਇਸ ਕਰਕੇ ਇਹਨੂੰ ਵੀ ਯਾਦ ਰੱਖਣਾ ਹੈ ਤਾਂ ਇਹਦੇ ਅਕੋਰਡਿੰਗ ਸਾਹਿਤ ਦੀ ਇਤਿਹਾਸਕਾਰੀ ਦੇ ਉਦੇਸ਼ ਨੇ ਜੀ ਉਸਦਾ ਉਦਪਵ ਉਸਦਾ ਵਿਕਾਸ ਉਸਦਾ ਗੁਣ ਅਤੇ ਉਸਦਾ ਮਹੱਤਵ ਇਹ ਉਸਦੇ ਉਦੇਸ਼ਾਂ ਦੇ ਵਿੱਚ ਸ਼ਾਮਲ ਨੇ ਜੀ ਕੀ ਦੇ ਅਕੋਰਡਿੰਗ ਹੈ ਜੀ ਡਾਕਟਰ ਤੇਜਵੰਤ ਗਿੱਲ ਦੇ ਅਕੋਰਡਿੰਗ ਨੈਕਸਟ ਹੈ ਜੀ ਸਾਹਿਤ ਇਤਿਹਾਸਕਾਰ ਦਾ ਇੱਕੋ ਵੇਲੇ ਕਿੰਨਾ ਦੋ ਚੀਜ਼ਾਂ ਦੇ ਨਾਲ ਸਿੱਧਾ ਸਬੰਧ ਹੁੰਦਾ ਹੈ ਜੀ ਸਾਹਿਤ ਦ੍ਰਿਸ਼ਟੀ ਅਤੇ ਕਾਲ ਵਰਣਨ ਦੇ ਨਾਲ ਸਾਹਿਤ ਦ੍ਰਿਸ਼ ਸਾਹਿਤਿਕ ਦ੍ਰਿਸ਼ਟੀ ਅਤੇ ਸਾਹਿਤ ਪਰੰਪਰਾ ਦੇ ਨਾਲ ਸਾਹਿਤਿਕ ਸਾਹਿਤ ਦ੍ਰਿਸ਼ਟੀ ਅਤੇ ਕਾਲ ਵਰਣਨ ਦੇ ਨਾਲ ਅਤੇ ਸਾਹਿਤ ਇਤਿਹਾਸਕ ਦ੍ਰਿਸ਼ਟੀ ਅਤੇ ਸਾਹਿਤ ਦ੍ਰਿਸ਼ਟੀ ਦੇ ਨਾਲ ਸਾਹਿਤ ਇਤਿਹਾਸ ਕਰਦਾ ਇੱਕੋ ਵੇਲੇ ਇੱਕੋ ਸਮੇਂ ਦੇ ਉੱਪਰ ਕਿਹੜੀਆਂ ਦੋ ਚੀਜ਼ਾਂ ਦੇ ਨਾਲ ਸੰਬੰਧ ਹੋਊਗਾ ਉਹ ਵੀ ਸਿੱਧਾ ਡਾਇਰੈਕਟ ਤਰੀਕੇ ਦੇ ਨਾਲ ਤਾਂ ਇਹ ਹੋਊਗਾ ਜੀ ਸੀਡੀ ਅਨਸਰ ਇਤਿਹਾਸਿਕ ਦ੍ਰਿਸ਼ਟੀ ਹੋਊਗੀ ਜੀ ਤੇ ਸਾਹਿਤਿਕ ਦ੍ਰਿਸ਼ਟੀ ਹੋਊਗੀ ਅਸੀਂ ਇਤਿਹਾਸਿਕ ਪੱਖ ਤੋਂ ਵੀ ਉਹਦੀ ਜਿਹੜੀ ਕਰ ਸਕਦੇ ਹਾਂ ਸਮੀਖਿਆ ਕਰਾਂਗੇ ਕਿ ਕਦੋਂ ਭਈ ਲਿਖੀ ਗਈ ਹੈ ਕਿਹੜੇ ਬੰਦੇ ਨੇ ਲਿਖੀ ਹੈ ਠੀਕ ਹੈ ਫਿਰ ਸਾਹਿਤ ਦ੍ਰਿਸ਼ਟੀ ਦੀ ਗੱਲ ਕਰਾਂਗੇ ਰਚਨਾ ਕਿਹੋ ਜੀ ਹੈ ਕੀ ਲਿਖਿਆ ਗਿਆ ਹੈ ਕੀ ਉਦੇਸ਼ ਰਹੇ ਨੇ ਕੀ ਦੱਸਿਆ ਗਿਆ ਹੈ ਸਭ ਕੁਝ ਓਕੇ ਤੇ ਇੱਕ ਦੂਜੇ ਦਿਨ ਸਿੱਧੇ ਜੁੜੇ ਹੋਏ ਨੇ ਨੈਕਸਟ ਹੈ 23 ਨੰਬਰ ਸਾਹਿਤ ਇਤਿਹਾਸ ਹੈ ਜੀ অপਸ਼ਨ 1 ਹੈ ਤੱਥਾਂ ਦਾ ਕਾਲਕਰਮ ਹੈ অপਸ਼ਨ 2 ਹੈ ਤੱਥਾਂ ਦੀ ਵਿਆਖਿਆ ਹੈ অপਸ਼ਨ 3 ਹੈ ਤੱਥਾਂ ਦਾ ਸੰਕਲਨ ਹੈ ਅਤੇ অপਸ਼ਨ 4 ਹੈ ਉਪਰੋਕਤ ਸਭ ਹੈ ਸਾਹਿਤ ਇਤਿਹਾਸ ਇਹਨਾਂ ਦੇ ਵਿੱਚੋਂ ਕੀ ਹੈ ਜੀ ਸਾਹਿਤ ਇਤਿਹਾਸ ਇਹਨਾਂ ਦੇ ਵਿੱਚੋਂ ਹੈ ਜੀ ਤੱਥਾਂ ਦੀ ਵਿਆਖਿਆ ਤੱਥਾਂ ਦੀ ਵਿਆਖਿਆ ਦੀ ਗੱਲ ਕੀਤੀ ਗਈ ਹੈ ਕਿ ਤੱਥ ਜਿਹੜੇ ਹੈਗੇ ਨੇ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਸਾਹਿਤ ਇਤਿਹਾਸ ਦੇ ਵਿੱਚ ਕਿ ਕਿਹੜੇ-ਕਿਹੜੇ ਤੱਤ ਸੇ ਕਿਹੜੇ ਬੰਦੇ ਨੇ ਕਦੋਂ ਦਿੱਤੇ ਹੈਗੇ ਨਹੀਂ ਕਿਹੜੇ ਲੇਖਕ ਦੇ ਦੁਬਾਰਾ ਪ੍ਰੈਜੈਂਟ ਕੀਤੇ ਗਏ ਨਹੀਂ ਠੀਕ ਹੈ ਜੀ ਨੈਕਸਟ ਹੈ ਜੀ 24 ਨੰਬਰ ਸਾਹਿਤ ਇਤਿਹਾਸ ਹੈ ਜੀ ਵਿਗਿਆਨ ਵਿਧੀ ਕਲਾ ਜਾਂ ਫਿਰ ਵਿਚਾਰਧਾਰਾ ਸਾਹਿਤ ਇਤਿਹਾਸ ਨੂੰ ਅਸੀਂ ਕੀ ਕਹਾਂਗੇ ਜੀ ਇਹ ਹੈ ਇੱਕ ਤਰ੍ਹਾਂ ਦੀ ਕਲਾ ਜਿਹਦੇ ਨਾਲ ਅਸੀਂ ਇਤਿਹਾਸ ਨੂੰ ਪ੍ਰੈਜੈਂਟ ਕਰਦੇ ਹਾਂ ਕਿਸ ਖੇਤਰ ਦੇ ਵਿੱਚ ਜੀ ਸਾਹਿਤ ਦੇ ਖੇਤਰ ਦੇ ਵਿੱਚ ਅਸੀਂ ਪ੍ਰੈਜੈਂਟ ਕਰਦੇ ਹੈਗੇ ਹਾਂ ਪੇਸ਼ ਕਰਦੇ ਹਾਂ ਕੇ ਸਾਹਿਤ ਕਿ ਹੋ ਜਾ ਰਿਹਾ ਹੈ ਕੀ ਪੇਸ਼ ਕੀਤਾ ਗਿਆ ਹੈ ਜਿਵੇਂ ਪਹਿਲਾਂ ਦੀਆਂ ਜਿਹੜੀਆਂ ਹਨ ਮਿੱਧਾ ਸਰ ਵਰਗੇ ਨੇ ਕਿਸੇ ਵਗਾਰ ਹੁੰਦੇ ਸੀ ਇਹ ਜਾ ਕੁਝ ਫਿਰ ਸਮੇਂ ਦੇ ਨਾਲ ਬਦਲਦਾ ਰਿਹਾ ਹੈ ਬਲਦੇਵ ਸਿੰਘ ਵਰਗੇ ਨੇ ਹੋਰ ਨਵੇਂ ਟੋਪਿਕ ਲੈ ਕੇ ਆਂਦੇ ਆ ਇੱਕ ਕਲਾਹੀ ਹੈ ਜੋ ਕਿ ਉਸ ਸਮੇਂ ਦੀ ਸਮਾਜਿਕ ਸਥਿਤੀ ਨੂੰ ਆਰਥਿਕ ਸਥਿਤੀ ਨੂੰ ਸਮਾਜਿਕ ਸਥਿਤੀ ਰਾਜਨੀਤਿਕ ਸਥਿਤੀ ਸਾਰਿਆਂ ਨੂੰ ਪ੍ਰੇਜ਼ੈਂਟ ਕਰਦੇ ਨੇ ਨੈਕਸਟ ਹੈ ਸਾਹਿਤ ਦੇ ਸਾਹਿਤ ਦੇ ਇਤਿਹਾਸ ਦੇ ਦੌਰਾਨ ਵਿਰੋਧਤਾਵਾ ਦਾ ਵਿਚਾਰ ਕਿਸ ਨੇ ਲਿਆਂਦਾ ਆਪਸ਼ਨ 1 ਹੈ ਮਾਰਕਸ ਆਪਸ਼ਨ 2 ਹੈ ਫਰੈਂਕ ਆਪਸ਼ਨ 3 ਹੈ ਹੀਗਲ ਅਤੇ ਆਪਸ਼ਨ 4 ਹੈ ਕਾਂਤ ਸੇ ਇਹਦੇ ਵਿੱਚ ਤੁਸੀਂ ਮਾਰਕਸ ਇਸ ਦੇ ਨਾਲ ਨਹੀਂ ਜੁੜਿਆ ਹੀਗਲ ਇਸ ਦੇ ਨਾਲ ਨਹੀਂ ਜੁੜਿਆ ਹੈ ਕਾਂਤ ਇਸ ਦੇ ਨਾਲ ਨਹੀਂ ਜੁੜਿਆ ਸਿਰਫ ਫਰੈਂਕ ਹੀ ਹੈ ਜਿਹੜਾ ਪੰਜਾਬੀ ਸਾਹਿਤ ਦੇ ਨਾਲ ਜੁੜਿਆ ਹੋਇਆ ਹੈ ਰਚਨਾਵਾਂ ਵੀ ਆਉਂਦੀਆਂ ਹੈਗੀਆਂ ਨੇ ਤਾਂ ਫਰੈਂਕ ਹੀ ਕਹਿ ਜਾ ਪ੍ਰਸ਼ਨ ਹੈ ਜਿਨੇ ਸਾਹਿਤ ਦੇ ਇਤਿਹਾਸ ਦੇ ਦੌਰਾਨ ਵਿਰੋਧਤਾਵਾ ਦਾ ਵਿਚਾਰ ਜਿਹੜਾ ਹੈ ਉਹ ਲਿਆਂਦਾ ਸੀਗਾ ਕਿ ਵਿਰੋਧ ਵੀ ਕਰਨਾ ਜ਼ਰੂਰੀ ਹੈ ਠੀਕ ਹੈ ਮਤਲਬ ਡਿਸਕਸ ਕਰਨਾ ਵੀ ਉਹਦੇ ਉੱਤੇ ਜ਼ਰੂਰੀ ਹੈ ਨੈਕਸਟ ਹੈ ਵਿਰੋਧ ਵਿਕਾਸ ਤੋਂ ਸਾਹਿਤ ਵਿਰੋਧ ਵਿਕਾਸ ਤੋਂ ਸਾਹਿਤ ਸੌਰੀ ਤੇ ਹੂਆ ਠੀਕ ਹੈ ਵਿਰੋਧ ਵਿਕਾਸ ਅਤੇ ਸਾਹਿਤ ਪੁਸਤਕ ਪੰਜਾਬੀ ਦੇ ਵਿੱਚ ਕਿਸ ਨੇ ਲਿਖੀ ਹੈ ਤਾਂ ਗੁਰਬਖਸ਼ ਸਿੰਘ ਨੇ ਲਿਖੀ ਹੈ ਟਰਡਕਟਰ ਤਰਲੋਕ ਸਿੰਘ ਕਮਰ ਨੇ ਲਿਖੀ ਹੈ ਡਾਕਟਰ ਅਤਰ ਸਿੰਘ ਜਾਂ ਫਿਰ ਡਾਕਟਰ ਕਿਸ਼ਨ ਸਿੰਘ ਵਿਰੋਧ ਤੇ ਵਿਕਾਸ ਆਪਾਂ ਹੁਣੇ ਗੱਲ ਕੀਤੀ ਹੈ ਕਿ ਕਿਸ ਨੇ ਇਸ ਨੂੰ ਜਿਹੜਾ ਪ੍ਰੈਜੈਂਟ ਕੀਤਾ ਹੈ ਡੈਲੀਗੇਟਸ ਨੂੰ ਠੀਕ ਹੈ ਜੈਨਕਿ ਵਿਰੋਧ ਵਿਕਾਸ ਨੂੰ ਇਹ ਗੁਰਬਖਸ਼ ਸਿੰਘ ਫ੍ਰੈਂਕ ਦੇ ਦੁਆਰਾ ਜਿਹੜਾ ਹਨਾ ਪ੍ਰੈਜੈਂਟ ਕੀਤੀ ਗਈ ਸੀਗੀ ਤਾਂ ਇਸ ਕਰਕੇ ਫਿਰ ਇਹ ਫ੍ਰੈਂਕ ਦੇ ਨਾਲ ਹੀ ਜੁੜਦਾ ਹੈ ਤੇ ਇਹ ਨਾਮ ਜਿਹੜਾ ਹੈ ਗੁਰਬਖਸ਼ ਸਿੰਘ ਦਾ ਹੀ ਹੈਗਾ ਠੀਕ ਹੈ ਗੁਰਬਖਸ਼ ਸਿੰਘ ਫ੍ਰੈਂਕ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ ਉਹਦੀ ਪੁਸਤਕ ਹੈ ਨੈਕਸਟ ਹੈ ਜੀ 27 ਨੰਬਰ ਸਾਹਿਤ ਇਤਿਹਾਸ ਲਿਖਣ ਦਾ ਮੁੱਖ ਸਰੂਕਾਰ ਹੈ ਜੀ ਸਾਹਿਤ ਦੇ ਸਰੋਤਾਂ ਦੀ ਨਿਸ਼ਾਨਦੇਹੀ ਕਰਨਾ ਸਾਹਿਤ ਇਤਿਹਾਸਿਕ ਤੱਥਾਂ ਨੂੰ ਨਿਸ਼ਾਨਦੇਹੀ ਕਰਨਾ ਸਾਹਿਤਿਕ ਪਾਠਾਂ ਦਾ ਕਾਲ ਕਰਮਤਾ ਦੀ ਨਿਸ਼ਾਨਦੇਹੀ ਅਤੇ অপਸ਼ਨ 4 ਹੈ ਦੁਰਲਭ ਸਾਹਿਤਿਕ ਲਿਖਤਾਂ ਦੀ ਨਿਸ਼ਾਨਦੇਹੀ ਦੇ ਦਾ ਰਾਈਟ ਆਨਸਰ ਹੈ ਜੀ ਸੀ অপਸ਼ਨ ਕਿ ਸਾਹਿਤਿਕ ਪਾਠਾਂ ਦਾ ਕਾਲ ਕਰਮਤਾ ਦੀ ਨਿਸ਼ਾਨਦੇਹੀ ਕਰਨਾ ਇਹ ਲਿਖੰਦਾ ਮੁੱਖ ਉਦੇਸ਼ ਹੈ ਜੀ ਸਾਹਿਤ ਉਦੇਸ਼ ਦਾ ਨੈਕਸਟ ਹੈ ਜੀ ਸੋ ਇਹ ਸੂਚੀ ਹੈ ਸੋ ਓਕੇ ਆਪੈਨੂੰ ਮਲਾਉਣਾ ਹੈ ਕਿ ਕਿਹਦੇ ਨਾਲ ਹੈ ਇੱਕ ਪਾਸੇ ਸਾਈਡ ਜਿਹੜੇ ਹੈ ਸੂਚੀ ਦਿੱਤੀ ਹੋਈ ਹੈ ਜੀ ਐਂਡ ਸੌਰੀ ਸੋ ਚ ਹੀ ਹੈਕਸਾਈਡ ਇਕ ਸਾਈਡ ਲਿਖਕ ਹੈ ਸੋ ਆਨਸਰ ਵੈਸੀ ਆ ਚੁੱਕਿਆ ਹੈ ਦਾ ਠੀਕ ਹੈ ਪ੍ਰੈਜ਼ੈਂਟ ਪਹਿਲਾਂ ਹੀ ਹੋ ਗਿਆ ਸੋ ਬੀ ਹੈ ਸੋ ਬੀ ਦੇ ਅਕੋਰਡਿੰਗ ਜਿਹੜਾ ਹੈ ਪੰਜਾਬੀ ਸਾਹਿਤ ਜਿਹੜਾ ਹੈ ਇਹ ਤੀਸਰੇ ਦੇ ਨਾਲ ਮਿਲਦਾ ਹੈ ਜਾਨੀ ਕਿ ਸਰਬੀਆ ਕੋਫ ਦਾ ਸਰੋਤ ਮੂਲਕ ਇਤਿਹਾਸ ਮੰਨਿਆ ਜਾਂਦਾ ਹੈ ਠੀਕ ਹੈ ਜੀ ਇਹ ਪੰਜਾਬੀ ਸਾਹਿਤ ਦੇ ਵਿੱਚ ਆਊਗਾ ਔਰ ਬੰਬੀਹਾ ਬੋਲ ਜਿਹੜੀ ਰਚਨਾ ਹੈ ਇਹ ਹੈਗੀ ਹੈ ਜੀ ਬਾਬਾ ਬੁੱਧ ਸਿੰਘ ਦੀ ਠੀਕ ਹੈ ਪੰਜਾਬੀ ਸਾਹਿਤ ਜਿਹੜਾ ਹੈ ਰਚਨਾ ਇਹਨਾਂ ਦੇ ਵਿੱਚੋਂ ਪੁੱਛਿਆ ਗਿਆ ਹੈ ਇਹ ਹੈ ਜੀ ਰਤਨ ਸਿੰਘ ਰਤਨ ਸਿੰਘ ਜੱਗੀ ਦੀ ओके okay, जी ਸਾਹਿਤ ਦਰਸ਼ਨ ਜਿਹੜਾ ਹੈ ਇਹ ਕਿਸਤੀ ਹੈ ਜੀ ਇਹ ਰਚਨਾ ਹੈ ਜੀ ਤੇਜਾ ਸਿੰਘ ਦੀ ਤਾਂ ਇਸ ਤਰੀਕੇ ਦੇ ਨਾਲ ਸੀ ਇਸ ਨੂੰ ਲਿਖ ਸਕਦੇ ਹੈਗੇ ਜੀ ਠੀਕ ਹੈ ਸੋ ਬੀ ਆਨਸਰ ਇਸ ਦਾ ਸਹੀ ਬਣ ਜਾਊਗਾ ਨੈਕਸਟ ਹੈ ਜੀ ਕਿਸੇ ਸਾਹਿਤਿਕ ਪ੍ਰਕਿਰਤੀ ਦੇ ਆਧਾਰ ਤੇ ਕਾਲ ਵੰਡ ਕਰਨੀ ਕੀ ਹੈ ਆਪਸ਼ਨ 1 ਹੈ ਕਾਲ ਵੰਡ ਦਾ ਉਦੇਸ਼ ਆਪਸ਼ਨ 2 ਹੈ ਕਾਲ ਵੰਡ ਦੀ ਪ੍ਰਕਿਰਤੀ ਆਪਸ਼ਨ 3 ਹੈ ਕਾਲ ਵੰਡ ਦਾ ਆਧਾਰ ਅਤੇ ਆਪਸ਼ਨ 4 ਹੈ ਕਾਲ ਵੰਡ ਦਾ ਲੱਛਣ ਸੋ ਕਿਸੇ ਸਾਹਿਤਿਕ ਪ੍ਰਕਿਰਤੀ ਦੇ ਆਧਾਰ ਤੇ ਕਾਲ ਵੰਡ ਕਰਨੀ ਇਹ ਕੀ ਹੈ ਜੋ ਹੈਗੇ ਜੀ ਕਾਲ ਵੰਡ ਦਾ ਆਧਾਰ ਜਾਨੀ ਕਿ ਵੰਡ ਕਰਨੀ ਹੈ ਕਾਲ ਦੀ ਆਪਾਂ ਕਿ ਕਦੋਂ ਕਿਹੜਾ ਲੇਖਕ ਆਇਆ ਹੈ ਕਿਹੜੀ ਰਚਨਾ ਉਸਨੇ ਪ੍ਰੈਜੈਂਟ ਕੀਤੀ ਹੈ ਇਹ ਸਾਹਿਤਿਕ ਦੀ ਪ੍ਰਕਿਰਤੀ ਜਾਂ ਨੇਚਰ ਹੋਊਗਾ ਨੈਕਸਟ ਹੈ ਜੀ ਸਾਹਿਤ ਇਤਿਹਾਸਕਾਰ ਕੀ ਨਹੀਂ ਹੋਣਾ ਚਾਹੀਦਾ ਸਾਹਿਤ ਇਤਿਹਾਸਕਾਰ ਕੀ ਨਹੀਂ ਹੋਣਾ ਚਾਹੀਦਾ অপਸ਼ਨ 1 ਹੈ ਖੋਜ ਖੋਜੀ ਪ੍ਰਵਿਰਤੀ ਦਾ ਨਹੀਂ ਹੋਣਾ ਚਾਹੀਦਾ ਆਲੋਚਕ ਪ੍ਰਵਿਰਤੀ ਦਾ ਨਹੀਂ ਹੋਣਾ ਚਾਹੀਦਾ ਵਿਦਵਾਨ ਨਹੀਂ ਹੋਣਾ ਚਾਹੀਦਾ ਜਾਂ ਫਿਰ ਉਦਾਰਵਾਦੀ ਪ੍ਰਵਿਰਤੀ ਦਾ ਨਹੀਂ ਹੋਣਾ ਚਾਹੀਦਾ ਸੋ ਸਾਹਿਤ ਇਤਿਹਾਸਕਾਰ ਦੇ ਵਿੱਚ ਜੋ ਅਸੀਂ ਗੱਲ ਕਰਾਂਗੇ ਤਾਂ ਉਹ ਖੋਜੀ ਪ੍ਰਵਿਰਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਹੀ ਉਸ ਨੂੰ ਹੋਣਾ ਸੀਕੁਐਂਸ ਵਾਈਜ਼ ਕਰ ਪਾਊਗਾ ਆਲੋਚਕ ਹੋਣਾ ਚਾਹੀਦਾ ਹੈ ਆਲੋਚਨਾ ਕਰਨੀ ਆਉਂਦੀ ਹੋਵੇ ਉਸ ਨੂੰ ਤੇ ਵਿਦਵਾਨ ਹੋਣਾ ਤਾਂ ਸਭ ਤੋਂ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਿਨਾ ਤਾਂ ਸਾਹਿਤ ਲਿਖੇ ਨਹੀਂ ਜਾਊਗਾ ਓਕੇ ਸਹਿਤੰਨੇ ਪੁਆਇੰਟ ਹੋਣੇ ਚਾਹੀਦੇ ਨੇ ਬਟ ਉਦਾਰਵਾਦੀ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਇਹ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿਉਂਕਿ ਉਦਾਰਵਾਦੀ ਪ੍ਰਵਿਰਤੀ ਬੱਕਰੀ ਹੈ ਬਟ ਆਲੋਚਕ ਵਿਦਵਾਨ ਹੋਣਾ ਤੇ ਖੋਜੀ ਪ੍ਰਵਿਰਤੀ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਸਾਹਿਤ ਦੀ ਰਚਨਾ ਕਰਨੀ ਹੈ ਠੀਕ ਹੈ ਜੀ ਏਸੀਆਈ ਦੇ ਸਾਡੇ ਐਮਸੀਕਿਊਸ ਉਮੀਦ ਕਰਦਾ ਹਾਂ ਕਿ ਸਾਰਿਆਂ ਲਈ ਹੈਲਪਫੁਲ ਰਹੇ ਹੋਣਗੇ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ